ਡੰਡਿਆਂ ਨਾਲ ਮੈਂ ਨਿਸ਼ਾਨ ਦਿਖਾ ਦਿੰਦਾ ਤੁਹਾਨੂੰ ਕਿਹੜਾ ਕਿਹੜਾ ਸੁਪਰਡੈਂਟ ਸੀਗਾ ਸੁਪਰਡੈਂਟ ਹੈਗਾ ਸਾਡੇ ਆਨੰਦਗੜ੍ਹ ਠੀਕ ਆ ਤੇ ਨੰਬਰ 2 ਰਾਤ ਨੂੰ 12 ਵਜੇ ਅੱਧਾ ਘੰਟਾ ਲਾਇਆ ਮੇਰੇ ਬਈ ਪ੍ਰਸ਼ਾਸਨ ਨੇ ਅੰਦਰ ਤਾਂ ਗਿਆ ਚੱਲਣਾ ਅੰਦਰ ਤਾਂ ਬੰਦੇ ਹੀ ਆ ਪਰ ਪ੍ਰਸ਼ਾਸਨ ਨੇ ਰਾਤ 2 ਮਹੀਨੇ ਤੋਂ ਬਾਅਦ ਕੱਲ ਫੇਰ ਕੱਢਿਆ ਕੱਲ ਫੇਰ ਬੰਦ ਕਰਤਾ ਚੱਕੀਆਂ ਦੇ ਵਿੱਚ ਬੰਦੇ ਆ ਕਿੰਨੇ ਜਣਾਂ ਨੇ ਕੁੱਟਿਆ ਤੁਹਾਨੂੰ ਸਰਕਾਰੀ ਰੋਟੀ ਇਹ ਸਾਨੂੰ ਮੈਨੂੰ ਪੰਜ ਜਣਾਂ ਨੇ ਕੁੱਟਿਆ ਬਾਈ ਕੀ ਕੌਣ ਕੌਣ ਸੀਗੇ ਪੰਜ ਜਣੇ ਪੰਜ ਜਣੇ ਚੀਨਾ ਮੁੰਡਾ ਕੈਦੀ ਆ ਸੁਮੀ ਤੇ ਆ ਇੱਕ ਮੁੰਡਾ ਹੋਰ ਹੈ ਜੱਸੜ ਜੱਸੜ ਕੀ ਚੀਜ਼ ਨਾਲ ਕਰ ਦੇ ਬਾਹਰ ਕੀਤਾ ਮੈਂ ਤੇ ਖੜੇ ਡੋਲੂ ਸਾਰੇ ਦਾ ਮੇਰੇ ਬਾਰੇ ਨਹੀਂ ਕੋਈ ਬੰਦਾ ਸਾਡੇ ਆਨੰਦਗੜ੍ਹ ਆ ਠੀਕ ਆ ਕਿਸੇ ਨੇ ਸੁਣਵਾਈ ਨੀ ਕਰੀ ਹੈਗੀ ਇੱਥੇ ਲੈ ਆਏ ਠੀਕ ਆ ਇਹਨਾਂ ਨੂੰ ਕਿਆ ਲੋੜ ਸੀ ਇਹਨਾਂ ਨੇ ਨਜਾਇਜ਼ ਕੁੱਟਿਆ ਅੱਧਾ ਘੰਟਾ ਕਿਤੇ ਫੋਨ ਪਿੱਛੇ ਲੜੇ ਫੋਨ ਉਧਰ ਸਰ ਇੱਕ ਕੱਲ ਲੜਾਈ ਹੋਈ ਹੈ ਕੋਈ ਕੈਦੀਆਂ ਦੀ ਸਰ ਉਹਦੇ ਬਾਰੇ ਮਾਮਲਾ ਥੋੜਾ ਬਰੀਫ ਕਰ ਦੋਗੇ ਕੀ ਮਾਮਲਾ ਹੋਇਆ ਅੰਦਰ ਉਹ ਬਸ ਲੜ ਪਏ ਹੁਣ ਬੈਰਕ ਦੇ ਵਿੱਚ ਸਰ ਲੇਕਿਨ ਜਿਹੜੇ ਕੈਦੀ ਇੱਥੇ ਲਿਆਂਦੇ ਗਏ ਸੀ ਉਹਨਾਂ ਵੱਲੋਂ ਇਹ ਦੱਸਿਆ ਗਿਆ ਕਿ ਚਾਰਜਰ ਨੂੰ ਲੈ ਕੇ ਜਿਹੜਾ ਇਹ ਲੜਾਈ ਹੋਈ ਹੈ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਸਿਰ 'ਚ ਕੜੇ ਕੁੜੇ ਮਾਰੇ ਆ ਸਰ ਉਹ ਕੜੇ ਫਿਰ ਕੜਾ ਦੇਖੋ ਮੋਟਾ ਕੜਾ ਤਾਂ ਅਸੀਂ ਲੱਪਾਉਣ ਨਹੀਂ ਦਿੰਦੇ ਅੰਦਰ ਜੀ ਜੀ ਮਾੜਾ ਮੋਟਾ ਕੜਾ ਕਈ ਵਾਰੀ ਹੁਣ ਆਪਾਂ ਬਿਲਕੁਲ ਕੜੇ ਨੂੰ ਨਹੀਂ ਲਹਾ ਸਕਦੇ ਉਹਦੇ ਲਈ ਧਾਰਮਿਕ ਇਸ਼ੂ ਬਣ ਜਾਂਦਾ ਕਈ ਵਾਰੀ ਜੀ 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 ਛੋਟਾ ਮੋਟਾ ਕੜਾ ਕਈ ਵਾਰੀ ਪਾਇਆ ਹੁੰਦਾ ਤੇ ਉਹ ਫਿਰ ਕੜਾ ਕੁੜਾ ਮਾਰਤਾ ਉਹਨਾਂ ਨੇ ਉਹ ਫੋਨ ਪਿੱਛੇ ਹੀ ਸ਼ਾਇਦ ਕੋਈ ਹੋਈ ਸੀਗੀ ਗੱਲ ਤੇ ਉਹ ਫਿਰ ਫੋਨ ਰਿਕਵਰ ਕਰ ਲਿਆ ਸੀਗਾ ਜੀ ਸੁਬਾ ਸਰ ਲੇਕਿਨ ਇਹਨਾਂ ਦੀ ਹੁਣ ਕੀ ਕਾਰਵਾਈ ਕੀ ਕੀਤੀ ਜਾਊਗੀ ਕਿਉਂਕਿ ਜਿਹੜਾ ਪਹਿਲਾਂ ਵੀ ਜਿਹੜਾ ਵੀਡੀਓ ਵਾਇਰਲ ਹੁੰਦੀ ਹੈ ਕਿ ਅੰਦਰ ਜਿਹੜੇ ਫੋਨ ਆਖਰ ਕਿੱਥੋਂ ਆ ਜਾਂਦੇ ਇਹਨਾਂ ਕੋਲ ਜਿਹੜਾ ਕਿਉਂਕਿ ਮੈਂ ਚਾਰਜਰ ਨੂੰ ਲੈ ਕੇ ਆਖਰ ਹੋਈ ਹੈ ਲੜਾਈ ਤੇ ਫਿਰ ਇਹਦਾ ਮਤਲਬ ਫੋਨ ਅੰਦਰ ਆਉਂਦੇ ਆ ਤੇ ਸਰ ਇਸ ਦੀ ਕੀ ਮਤਲਬ ਛਾਣਬੀਨ ਕੀਤੀ ਜਾਊਗੀ ਤੁਹਾਡੇ ਵੱਲੋਂ ਫੋਨ ਕੱਲ ਦੇਖੋ ਕੱਲ ਇੱਕ ਅਸੀਂ ਬੰਦਾ ਪੇਸ਼ੀ ਤੇ ਗਿਆ ਸੀ ਉਹਦੇ ਬੋਡੀ ਪਾਰਟ ਚੋਂ ਫੋਨ ਕੱਢਿਆ ਜੀ ਜੀ ਉਹ ਤਾਂ ਸਾਨੂੰ ਇਨਫੋਰਮੇਸ਼ਨ ਚਲੋ ਮਾੜੀ ਮੋਟੀ ਸੀਗੀ ਵੀ ਇਹ ਬੰਦਾ ਇੱਦਾਂ ਕਰ ਸਕਦਾ ਕਾਰਵਾਈ ਅਸੀਂ ਉਹਨੂੰ ਚੈੱਕ ਕਰ ਲਿਆ ਉਸ ਤਰੀਕੇ ਨਾਲ ਤੇ ਮਤਲਬ ਉਹ ਫੜਿਆ ਗਿਆ ਠੀਕ ਹੈ ਜੀ ਤੇ ਕਿੰਨੇ ਬੰਦਾ 400 ਪੇਸ਼ੀ ਤੇ ਜਾਂਦਾ ਸਾਡਾ 300 ਤੋਂ ਲੈ ਕੇ 400 ਤੱਕ ਠੀਕ ਹੈ ਜੀ 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 300 ਤੇ 400 ਇੰਨੇ ਬੰਦਿਆਂ ਨੂੰ ਉਸ ਤਰੀਕੇ ਨਾਲ ਤਾਂ ਨਾ ਪਰੋਲਿਆ ਜਾ ਸਕਦਾ ਜੀ 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 ਜੇ ਹੁਣ ਉਹਦਾ ਵੀ ਕੱਲ ਨਾਮ ਪਹਿਲਾਂ ਇਨਫੋਰਮੇਸ਼ਨ ਹੁੰਦੀ ਤੇ ਫਿਰ ਉਹ ਵੀ ਅੰਦਰ ਚਲ ਜਾਣਾ ਸੀ ਜੀ ਜੀ ਤੇ ਸਰ ਹੁਣ ਇਹਨਾਂ ਹਾਂਜੀ ਹਾਂਜੀ ਜਿਹੜੇ ਛੋਟੇ ਫੋਨ ਆ 2-2, 3-3 ਵੀ ਪਾ ਲਏ ਹੁੰਦੇ ਜੀ ਜੀ ਤੇ ਸਰ ਹੁਣ ਇਹਨਾਂ ਦੀ ਕੀ ਇਹਨਾਂ ਦੀ ਕੋਈ ਕਾਰਵਾਈ ਕੀਤੀ ਜਾਊਗੀ ਜਿਨ੍ਹਾਂ ਨੇ ਹੁਣ ਇਹਦਾ ਫੋਨ ਇਹਨਾਂ ਕਾਰਵਾਈ ਪਰਚਾ ਦਰਜ ਕਰਾਵਾਂਗੇ ਜੇ ਜਿਹੜਾ ਫੋਨ ਕਵਰ ਹੈ ਫੋਨ ਦਾ ਪਰਚਾ ਦਰਜ ਕਰਾਵਾਂਗੇ ਇੱਕ ਦੂਜੇ ਸੱਟਾਂ ਵਿੱਚੀਆਂ ਬਲੌਕ ਪਰਚੇ ਕਰਾ ਦੇ ਜੀ ਜੀ ਤੇ ਸਰ ਇਹ ਕੀ ਕੈਦੀਆਂ ਦਾ ਨਾਂ ਕੀ ਹੈ ਜਿਨ੍ਹਾਂ ਵੱਲੋਂ ਲੜਾਈ ਹੋਈ ਹੈ
ਚਲੋ ਠੀਕ ਹੈ ਸਰ, ਧੰਨਵਾਦ ਜੀ, ਧੰਨਵਾਦ ਜੀ।